ਹੈਲਥ ਪਲੱਸ ਪ੍ਰੋਮ ਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਗੁਰੂ ਨਾਨਕ ਹਸਪੀਟਲ ਜੋ ਕਿ ਬੇਲਾ ਜ਼ਿਲ੍ਹਾ ਰੋਪੜ ਵਿਖੇ ਸਥਿਤ ਹੈ। ਇਹ ਹਸਪੀਟਲ ਮਰੀਜ਼ਾਂ ਲਈ ਇੱਕ ਵਰਦਾਨ ਹੈ। ਹਸਪੀਟਲ ਵਿਖੇ ਅੱਜ ਦੇ ਟਾਈਮ ਦੀ ਹਰ ਤਰ੍ਹਾਂ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਦੂਰੋਂ ਦੂਰੋਂ ਮਰੀਜ਼ ਇੱਥੇ ਪਹੁੰਚਦੇ ਹਨ ਅਤੇ ਆਪਣਾ ਇਲਾਜ ਕਰਵਾਉਂਦੇ ਹਨ। ਇਸ ਦੇ ਨਾਲ ਨਾਲ ਇੱਥੇ ਹੈਲਥ ਕੇਅਰ ਲੈਬ ਹੈ ਜਿੱਥੇ ਕਿ ਹਰ ਤਰ੍ਹਾਂ ਦੇ ਟੈਸਟ ਆਧੁਨਿਕ ਮਸ਼ੀਨਾਂ ਨਾਲ ਕੀਤੇ ਜਾਂਦੇ ਹਨ। ਹਸਪੀਟਲ ਵਿਖੇ 24 ਘੰਟੇ ਐਮਰਜੈਂਸੀ ਦੀ ਫੈਸਿਲਿਟੀ ਮੌਜੂਦ ਹੈ। ਇੱਥੇ ਆਪਰੇਸ਼ਨ ਥੀਏਟਰ, ਡਿਜੀਟਲ ਐਕਸਰੇ, ਜਨਰਲ ਵਾਰਡ, ECG ਰੂਮ ਅਤੇ ਹੋਰ ਵੱਖ ਵੱਖ ਤਰੀਕੇ ਦੀ ਫੈਸਿਲਿਟੀਜ਼ ਮੌਜੂਦ ਹੈ। ਹੇਅਰ ਟ੍ਰਾਂਸਪਲਾਂਟ ਦੇ ਵਿੱਚ ਵੀ ਇਹ ਹਸਪਤਾਲ ਮਰੀਜ਼ਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਦੂਰੋਂ ਦੂਰੋਂ ਲੋਕ ਇੱਥੇ ਪਹੁੰਚਦੇ ਹਨ ਅਤੇ ਇੱਥੋਂ ਦੀ ਫੈਸਿਲਿਟੀਜ਼ ਦਾ ਲਾਭ ਲੈਂਦੇ ਨੇ। ਇੱਥੋਂ ਦਾ ਸਟਾਫ ਬਹੁਤ ਹੀ ਮਿਹਨਤੀ ਅਤੇ ਤਜਰਬੇਕਾਰ ਹੈ। ਸਾਈ ਟੀਮ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਗੁਰੂ ਨਾਨਕ ਹਸਪੀਟਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਓ ਲੈ ਕੇ ਚੱਲਦੇ ਤੁਹਾਨੂੰ ਗੁਰੂ ਨਾਨਕ ਹਸਪੀਟਲ ਬੇਲਾ ਜ਼ਿਲ੍ਹਾ ਰੋਪੜ ਵਿਖੇ। ਦਰਸ਼ਕੋ ਪੰਜਾਬਲਾ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਗੁਰੂ ਨਾਨਕ ਹਸਪੀਟਲ ਜਿਹੜਾ ਕਿ ਬੇਲਾ ਵਿਖੇ ਸਥਿਤ ਹੈ, ਜਿਸ ਦੇ ਵਿੱਚ ਆਪਾਂ ਗੱਲ ਕਰ ਲਈਏ ਤਾਂ ਲੈਬੋਰਟਰੀ ਦੀਆਂ ਸਾਰੀਆਂ ਫੈਸਿਲਿਟੀਜ਼ ਨੇ ਔਰ ਉਹਦੇ ਨਾਲ ਨਾਲ ਵਿਜ਼ਿਟਿੰਗ ਡਾਕਟਰਸ ਆਉਂਦੇ ਨੇ ਔਰ ਉਹਦੇ ਨਾਲ ਨਾਲ ਹੇਅਰ ਟ੍ਰਾਂਸਪਲਾਂਟ ਦਾ ਇੱਕ ਸੈਂਟਰ ਬਣ ਚੁੱਕਿਆ। ਗੱਲ ਕਰ ਰਹੇ ਡਾਕਟਰ ਸਾਹਿਬ ਨਾਲ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ, ਤੁਸੀਂ ਸਾਡੇ ਆਏ ਹਾਂ, ਤੁਹਾਡਾ ਜੀ ਆਇਆ ਕਰਦੇ ਹਾਂ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਐਡੀਆਂ ਵਧੀਆ ਫੈਸਿਲਿਟੀਜ਼ ਦੇ ਨਾਲ ਤੁਸੀਂ ਲੈਸ ਇਹ ਹੋਸਪਿਟਲ ਲੋਕਾਂ ਨੂੰ ਸਮਰਪਿਤ ਕੀਤਾ ਹੋਇਆ, ਕੀ ਕਹਿਣਾ ਚਾਹੋਗੇ? ਸਰ ਦੇਖੋ, ਮੈਂ ਇੱਥੇ 2018 ਦੇ ਵਿੱਚ ਸ਼ੁਰੂ ਕੀਤਾ ਸੀ। ਬਹੁਤ ਡਿਫੀਕਲਟੀ ਆਈ ਸੀਗੀ, ਬਹੁਤ ਬੈਕਵਰਡ ਏਰੀਆ ਹੈ। ਸਰਵਿਸ ਦੇ ਲਈ ਇੱਥੇ ਨੀਅਰ ਅਬਾਊਟ ਕੋਈ ਵੀ ਇੱਦਾਂ ਦੀ ਨਜ਼ਦੀਕ ਕੋਈ ਵੀ ਹੈਲਥ ਕੇਅਰ ਸੈਂਟਰ ਨਹੀਂ ਹੈਗੇ ਹੈ। ਦੂਸਰਾ ਹੈ ਕਿ ਬਹੁਤ ਪੂਅਰ ਏਰੀਆ ਹੈ, ਵੀ ਆਪਣਾ ਲਾਈਫ ਦਾ ਬਹੁਤ ਸਟਰਗਲ ਹੈਗਾ ਅਤੇ ਮੈਂ ਉਸ ਦੇ ਅਕੋਰਡਿੰਗ ਹੀ ਏਰੀਏ ਨੂੰ ਦੇਖਦੇ ਹੋਇਆ ਇੱਥੇ ਜਿਹੜੀ ਹੈਗੀ ਸਰਵਿਸ ਦਿੱਤੀ ਹੈ ਬਹੁਤ ਘੱਟ ਰੇਟ ਦੇ ਵਿੱਚ। ਤੁਸੀਂ ਮੇਰੇ ਕਿਸੇ ਪੇਸ਼ੈਂਟ ਤੋਂ ਏਰੀਏ ਦੇ ਵਿੱਚ ਜਾ ਕੇ ਕਨਫਰਮ ਕਰ ਸਕਦੇ ਹੋ ਕਿ ਵੀ ਡਾਕਟਰ ਸਾਹਿਬ ਦਾ ਕਿੱਦਾਂ ਦਾ ਨੇਚਰ ਹੈ। ਕਦੇ ਮੈਂ ਕਿਸੇ ਵੀ ਪੇਸ਼ੈਂਟ ਨੂੰ ਇੱਦਾਂ ਨਹੀਂ ਕਿਹਾ ਕਿ ਤੁਸੀਂ ਪਹਿਲਾਂ ਵੈਸੇ ਜਮ੍ਹਾਂ ਕਰਾਓ ਫਿਰ ਤੁਹਾਡਾ ਇਲਾਜ ਸ਼ੁਰੂ ਕਰਾਂਗੇ। ਪੇਸ਼ੈਂਟ ਨੂੰ ਬਹੁਤ ਘੱਟ ਰੇਟ, ਜਿਹਦੇ ਵਿੱਚ ਮਾਰਕੀਟ ਵਿੱਚ ਸਰਜਰੀਆਂ 40-45-50 ਤੱਕ ਵੀ ਲੈਂਦੇ ਆ, ਮੈਂ 20,000 ਤੱਕ ਕਰ ਦਿੰਦਾ। ਉਹ ਵੀ ਪੇਸ਼ੈਂਟ ਤੋਂ ਇਹ ਨਹੀਂ ਹੈਗੇ ਕਿ ਤੁਸੀਂ ਜੀ ਐਡਵਾਂਸ ਜਮ੍ਹਾਂ ਕਰਾਓ, ਜਿੱਦਾਂ ਅੱਜ ਕੱਲ੍ਹ ਹੋਸਪਿਟਲ ਦੇ ਵਿੱਚ ਚੱਲ ਰਿਹਾ ਕਿ ਪਹਿਲਾਂ ਜੀ ਇੰਨੇ ਪੈਸੇ ਕਰਾਓ ਫਿਰ ਇਲਾਜ ਕਰਾਂਗੇ। ਪੇਸ਼ੈਂਟ ਦੇ ਕਈ ਅਸੀਂ ਕਿ ਡਿਸਚਾਰਜ ਹੋਣ ਤੋਂ ਬਾਅਦ ਘਰ ਗਿਆ, 2 ਦਿਨ ਦਾ ਟਾਈਮ ਦਿਓ, 3 ਦਿਨ ਦਾ ਟਾਈਮ ਦਿਓ, ਫਿਰ ਉਹ ਪੈਸੇ ਦੇ ਗਈ ਆ। ਇੱਥੇ ਤੱਕ ਅਸੀਂ ਪੇਸ਼ੈਂਟ ਦੇ ਨਾਲ ਕਰਦੇ ਹਾਂ, ਕਿਉਂਕਿ ਮੇਰਾ ਖੁਦ ਦਾ ਲਾਈਫ ਦਾ ਬਹੁਤ ਜ਼ਿਆਦਾ ਇੱਦਾਂ ਦੇ ਇੰਸੀਡੈਂਟ ਹੋਏ ਆ ਲਾਈਫ ਦੇ ਵਿੱਚ। ਉਹ ਜੇ ਸਿੱਖਿਆ ਕਿ ਖੁਦ ਦੇ ਵਿੱਚ ਜੇਬ 'ਚ ਕਈ ਵਾਰੀ ਪੈਸੇ ਨਹੀਂ ਹੁੰਦੇ, ਤਾਂ ਸਾਨੂੰ ਆਪਣੇ ਅਕੋਰਡਿੰਗ ਦੇਖਣਾ ਚਾਹੀਦਾ ਕਿ ਦੂਸਰਾ ਵੀ ਸਾਡੇ ਅਕੋਰਡਿੰਗ ਹੀ ਜੀ ਰਿਹਾ, ਕਿ ਵੀ ਇੱਦਾਂ ਨਹੀਂ ਹੈਗਾ ਕਿ ਅਸੀਂ ਉਹਦੀ ਜੇਬ ਲੁੱਟ ਲਈਏ। ਮਾਰਕੀਟ ਦੇ ਵਿੱਚ ਬਹੁਤ ਚੱਲ ਰਿਹਾ ਇੱਦਾਂ, ਪਰ ਆਪਾਂ ਇੱਦਾਂ ਦਾ ਕੁਛ ਵੀ ਨਹੀਂ ਸੋਚਿਆ। ਪੇਸ਼ੈਂਟ ਦਿੰਦਾ ਜੀ, ਲੇਟ ਦੇ ਦਿੰਦਾ, ਉਹਦੇ ਕੋਲ ਨਹੀਂ ਹੁੰਦੇ ਕਈ ਵਾਰੀ। ਕਰੀਏ ਤੁਸੀਂ ਹੇਅਰ ਟ੍ਰਾਂਸਪਲਾਂਟ ਕਰ ਰਹੇ ਹੋ, ਕੀ ਕਹਿਣਾ ਚਾਹੋਗੇ, ਕਿਵੇਂ ਵਿਧੀ ਆ ਔਰ ਕਿਵੇਂ, ਕਿੰਨੀ ਦੇਰ ਤੋਂ ਤੁਸੀਂ ਕਰ ਰਹੇ ਹੋ, ਕਿਵੇਂ ਤੁਸੀਂ ਇਹਦੀ ਮਾਸਟਰ ਕਰਕੇ ਆਏ ਹੋ? ਸਰ 11 ਤੋਂ ਕਰ ਰਹੇ ਹਾਂ। ਪਹਿਲਾਂ ਟੈਕਨੀਕ ਗ੍ਰਾਫਟਿੰਗ ਦੀ ਹੁੰਦੀ ਸੀ, ਉਹਨੂੰ ਹੈਡ 'ਤੇ ਇੰਪਲਾਂਟ ਕਰਦੇ ਸੀਗੇ। ਉਹ ਟੈਕਨੀਕ ਬੜੀ ਪੇਨਫੁਲ ਵੀ ਹੁੰਦੀ ਸੀ, ਉਨਾ ਜ਼ਿਆਦਾ ਰਿਜ਼ਲਟ ਨਹੀਂ ਸੀਗਾ। ਫਿਰ ਇੱਕ ਇੰਪਲਾਂਟਰ ਆਉਂਦਾ ਸੀਗਾ ਪੈਨ ਟਾਈਪ, ਉਹਦੀ ਵੀ ਇੰਨਾ ਜ਼ਿਆਦਾ ਰਿਜ਼ਲਟ ਨਹੀਂ, ਤਾਂ ਹੁਣ ਆਉਂਦੀ ਹੈ DHI ਡਾਇਰੈਕਟ ਹੇਅਰ ਇੰਪਲਾਂਟੇਸ਼ਨ। ਬਹੁਤ ਅੱਛਾ ਰਿਜ਼ਲਟ ਹੈ, ਬਹੁਤ ਵਧੀਆ ਚੱਲ ਰਿਹਾ, ਬਹੁਤ ਘੱਟ ਰੇਟ 'ਤੇ ਕਰ ਰਹੇ ਹਾਂ। ਤੁਹਾਡਾ ਸਰ ਕੀ ਕਹਿਣਾ ਚਾਹੋਗੇ ਕਿ ਚਾਹੇ ਥੋੜ੍ਹੀ ਗੰਜ ਹੋਵੇ ਚਾਹੇ ਵੱਧ ਗੰਜ ਹੋਵੇ, ਤਾਂ ਤੁਸੀਂ ਮਤਲਬ ਜੇ ਸਟਾਰਟਿੰਗ ਹੀ ਹੋਈ ਹੋਵੇ ਅਗਲੇ ਗੰਜ ਪੈਣ ਦੀ, ਤਾਂ ਫਿਰ ਵੀ ਇਲਾਜ ਕਰ ਦਿਓ? ਸਰ ਹਰ ਤਰ੍ਹਾਂ ਦਾ ਟ੍ਰੀਟਮੈਂਟ ਹੈ ਹੇਅਰ ਟ੍ਰਾਂਸਪਲਾਂਟ ਦੇ ਵਿੱਚ, ਹਰ ਇੱਕ ਪੋਸੀਬਿਲਿਟੀ ਹੈ। ਇਹਦੇ ਵਿੱਚ ਕੁਛ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ ਕੋਈ ਅਦਰ ਤੋਂ ਇੰਪਲਾਂਟ ਕਰਨਾ, ਤੁਹਾਡਾ ਇੱਕ ਸਿਰਫ ਹੇਅਰ ਹੋਣੇ ਚਾਹੀਦੇ ਹੈ, ਹੇਅਰ ਹੋਣੇ ਚਾਹੀਦੇ, ਅਤੇ ਉਸ ਤੋਂ ਬਾਅਦ ਤੁਹਾਡਾ ਹੇਅਰ ਪਲਾਂਟ ਪੋਸੀਬਲ ਹੈ, 100% ਰਿਜ਼ਲਟ ਹੈ। ਕੀ ਕਹਿਣਾ ਚਾਹੋਗੇ ਕਿ ਇਸ ਹਸਪੀਟਲ ਦੇ ਵਿੱਚ ਵਿਜ਼ਿਟਿੰਗ ਡਾਕਟਰ ਜਿਹੜੇ ਆਉਂਦੇ ਨੇ ਕਿਹੜੇ ਕਿਹੜੇ ਡਾਕਟਰ ਆਉਂਦੇ? ਸਰ ਹਰ ਤਰ੍ਹਾਂ ਦੇ ਵਿਜ਼ਿਟਿੰਗ ਡਾਕਟਰ ਹੈ, ਨੱਕ ਕੰਨ ਗਲੇ ਦੇ ਵੀ ਹੈ, ਜਨਰਲ ਸਰਜਨ ਵੀ ਹੈ, ਪਲਾਸਟਿਕ ਸਰਜਨ ਵੀ ਹੈ, ਯੂਰੋ ਦੇ ਸਰਜਨ ਵੀ ਹੈ, ਗੈਸਟਰੋ ਦੀ ਵੀ ਹੈ, ਹਰ ਤਰ੍ਹਾਂ ਦੀ ਫੈਸਿਲਿਟੀ ਹੈ, ਵਿਜ਼ਿਟਿੰਗ ਡਾਕਟਰ ਹੈ। ਕੀ ਕਹਿਣਾ ਚਾਹੋਗੇ ਕਿ ਨਾਲ ਲੈਬ ਦੇ ਟੈਸਟ ਵੀ ਵਿੱਚ ਹੀ ਹੈ, ਕਿ ਬੰਦਾ ਦੇ ਨਾਲ ਦੀ ਨਾਲ ਹੀ ਟੈਸਟ ਹੋ ਕੇ ਪਤਾ ਲੱਗ ਜਾਂਦਾ? ਹਰ ਤਰ੍ਹਾਂ ਦੇ ਬਲੱਡ ਟੈਸਟ ਹੈ, ਬਹੁਤ ਘੱਟ ਰੇਟਾਂ ਦੇ ਵਿੱਚ ਮਾਰਕੀਟ ਦੇ ਵਿੱਚ, ਹਰ ਤਰ੍ਹਾਂ ਦੇ ਟੈਸਟ ਨੇ, ਐਕਸਰੇ ਹੈ, ECG ਹੈ। ਕੀ ਕਹਿਣਾ ਚਾਹੋਗੇ ਕਿ ਇਹ ਏਰੀਆ ਜਿਹੜਾ ਕਿ ਲੈਸ ਪੇਇੰਗ ਏਰੀਆ, ਉਹਦੇ 'ਚ ਤੁਸੀਂ ਖੁੱਲ੍ਹਿਆ ਹੋਇਆ ਔਰ ਉਹਦੇ 'ਚ ਫਿਰ ਵੀ ਤੁਸੀਂ ਨਾਲ ਫਿਰ ਵੀ ਲੋਕਾਂ ਦੀ ਜਿਹੜੀ ਹੈਗੀ ਹੈ ਮਦਦ ਕਰ ਰਹੇ ਹੋ? ਸਰ ਬਹੁਤ ਵਧੀਆ ਏਰੀਆ ਹੈ, ਅਗਰ ਤੁਸੀਂ ਏਰੀਏ ਦੇ ਨਾਲ ਅੱਛੇ ਤਰੀਕੇ ਨਾਲ ਬਿਹੇਵ ਕਰੋਗੇ ਤਾਂ ਏਰੀਆ ਤੁਹਾਡੇ ਨਾਲ 100% ਖੜੇਗਾ। ਐਮਰਜੈਂਸੀ ਬੈੱਡ ਨੇ ਦੋਨੇ ਜੀ, ਆਕਸੀਜਨ ਮੋਨੀਟਰ, ਉਹ ਬਾਈਪੈਪ, ਜਿੱਥੇ ਕਿ ਪੇਸ਼ੈਂਟ ਆਉਂਦਾ ਜਦੋਂ ਐਮਰਜੈਂਸੀ ਦੇ ਵਿੱਚ, ਇਧਰ ਹੈਂਡਲ ਕੀਤਾ ਜਾਂਦਾ, ਵਿੱਚ ਬਾਅਦ ਦੇ ਵਿੱਚ ਸ਼ਿਫਟ ਕਰਕੇ ਪੇਸ਼ੈਂਟ ਐਡਮਿਟ ਹੁੰਦਾ। ਲੈਬ ਹੈ, ਹੈਲਥ ਕੇਅਰ ਡਾਇਗਨੋਸਟਿਕ ਸੈਂਟਰ, ਇੱਥੇ ਹਰ ਤਰ੍ਹਾਂ ਦੇ ਛੋਟੇ ਵੱਡੇ ਟੈਸਟ ਹੁੰਦੇ ਆ। ਐਕਸਰੇ ਯੂਨਿਟ ਹੈ, ਡਿਜੀਟਲ ਐਕਸਰੇ। ਸਰ ਇਹ ਮੇਰੇ ਫੈਮਿਲੀ ਮੈਂਬਰ ਹੈ, ਮੈਂ ਇਹਨਾਂ ਨੂੰ ਪਹਿਲੀ ਗੱਲ ਦਾ ਸਟਾਫ ਨਹੀਂ ਸਮਝਦਾ, ਇਹ ਮੇਰੇ ਫੈਮਿਲੀ ਮੈਂਬਰ ਹੈ, ਮੈਂ ਇਹਨਾਂ ਨੂੰ ਕਦੇ ਸਟਾਫ ਸਮਝਿਆ ਨਹੀਂ ਹੈ, ਤਾਂ ਇਹਨਾਂ ਦੇ ਡਿਪੈਂਡ, ਮਤਲਬ ਇਹਨਾਂ ਦੇ ਕਰਕੇ ਹੀ ਮੈਂ ਇੱਥੇ ਹਾਂ, ਜਦੋਂ ਤੱਕ ਹੀ ਉਦੋਂ ਤੱਕ ਮੈਂ।